ਸਤਿ ਸ਼੍ਰੀ ਅਕਾਲ ਦੋਸਤੋ ਸਾਡਾ ਟੀਵੀ ਯੂਐਸਏ ਦੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਸਵਾਗਤ ਹੈ ਤੇ ਅਸੀਂ ਹਾਜ਼ਰ ਹੋਏ ਹਾਂ ਤੁਹਾਡੇ ਲਈ ਲੈ ਕੇ ਦਿਨ ਭਰ ਦੀਆਂ ਵੱਡੀਆਂ ਖਬਰਾਂ ਸਿਡਨੀ ਵਿੱਚ ਖੇਡੇ ਜਾ ਰਹੇ ਟੈਸਟ ਮੈਚ ਵਿੱਚ ਆਸਟ੍ਰੇਲੀਆ ਦੇ ਦਰਸ਼ਕਾਂ ਵੱਲੋਂ ਨਸਲੀ ਟਿੱਪਣੀ ਦਾ ਮਸਲਾ ਲਗਾਤਾਰ ਦੂਜੇ ਦਿਨ ਪਖਿਆ ਰਿਹਾ ਟੈਸਟ ਮੈਚ ਦੇ ਚੌਥੇ ਦਿਨ ਭਾਰਤੀ ਗੇਂਦਬਾਜ਼ ਮੁਹੰਮਦ ਸਰਾਜ ਤੇ ਦਰਸ਼ਕਾਂ ਨੇ ਨਸਲੀ ਟਿੱਪਣੀਆਂ ਕੀਤੀਆਂ ਦਰਸ਼ਕਾਂ ਦਾ ਸਮੂਹ ਸਰਾਜ ਤੇ ਲਗਾਤਾਰ ਨਸਲੀ ਟਿੱਪਣੀਆਂ ਕਰ ਰਿਹਾ ਸੀ ਉਸ ਦੇਖਿਆ ਤੋਂ ਬਾਅਦ ਮੈਚ ਰੈਫਰੀ ਨੇ ਪੁਲਸ ਬੁਲਾਈ ਤੇ ਛੇ ਦਰਸ਼ਕਾਂ ਨੂੰ ਸਟੇਡੀਅਮ ਚੋਂ ਬਾਹਰ ਕੱਢ ਦਿੱਤਾ ਗਿਆ ਸਾਬਕਾ ਕਪਤਾਨ ਵਿਰਾਟ ਕੋਹਲੀ ਨੇ ਵੀ ਇਸ ਤੇ ਇਤਰਾਜ਼ ਪੁਕਟਾਇਆ ਹੈ ਰਾਜਾਦ ਗਠਜੋੜ ਵਿੱਚ ਸਾਜਸ਼ ਤੇ ਤੇਜਸਵੀ ਬਿਹਾਰ ਦਾ ਪਵਿੱਖ ਦੇਖ ਰਹੇ ਹਨ ਮਾਂਜੀ বিহার ਦੇ ਸਾਬਕਾ ਮੁੱਖ ਮੰਤਰੀ ਅਤੇ ਹਿੰਦੂस्तानी ਆਵਾਮ ਮੋਰਚਾ ਦੇ ਮੁਖੀ ਜੀਤਨਰਾਮ ਮਾਂਜੀ ਨੇ ਐਨਡੀਆ ਦੀਆਂ ਪਾਰਟੀਆਂ ਵਿੱਚ ਅੰਦਰੂਨੀ ਵਿਰੋਧ ਅਤੇ ਸਾਜ਼ਿਸ਼ ਦਾ ਜ਼ਿਕਰ ਕਰਕੇ ਮੁੱਖ ਮੰਤਰੀ ਨੀਤੀਸ਼ ਕੁਮਾਰ ਨੂੰ ਚੌਕਸ ਕੀਤਾ ਹੈ ਨਾਲ ਹੀ ਉਹਨਾਂ ਰਾਜਾ ਦੇ ਨੇਤਾ ਤੇਜਸਵੀ ਯਾਦਵ ਨੂੰ ਬਿਹਾਰ ਦਾ ਭਵਿੱਖ ਦੱਸਦੇ ਹੋਏ ਫਜ਼ੂਲ ਦੇ ਬਿਆਨ ਦੇਣ ਤੋਂ ਬਚਣ ਦੀ ਸਲਾਹ ਦਿੱਤੀ ਹੈ ਮਾਂਜੀ ਦੇ ਉਕਤ ਬਿਆਨਾਂ ਤੋਂ ਬਾਅਦ ਇੱਕ ਵਾਰ ਮੋੜ ਇਸ ਗੱਲ ਦੀ ਚਰਚਾ ਸ਼ੁਰੂ ਹੋ ਗਈ ਹੈ ਕਿ ਬਿਹਾਰ ਵਿੱਚ ਐਨਡੀਆ ਪਾਵ ਰਾਜਕ ਦੇ ਗਠਜੋੜ ਵਿੱਚ ਸਭ ਕੁਝ ਠੀਕ ਨਹੀਂ ਚੱਲ ਰਿਹਾ ਹੈ ਸ਼ਿਕਾਗੋ ਖੇਤਰ ਸ਼ਮਲਾਵਰ ਨੇ ਵੱਖ-ਵੱਖ ਇਲਾਕਿਆਂ 'ਚ ਜਾ ਕੇ 7 ਲੋਕਾਂ ਨੂੰ ਮਾਰੀ ਗੋਲੀ ਸ਼ਿਕਾਗੋ ਦੇ ਸਾਊਥ ਸਾਈਡ ਤੋਂ ਗੋਲੀਬਾਰੀ ਸ਼ੁਰੂ ਕਰਨ ਵਾਲੇ ਇੱਕ ਵਿਅਕਤੀ ਨੇ 3 ਲੋਕਾਂ ਦੀ ਹੱਤਿਆ ਕਰ ਦਿੱਤੀ ਅਤੇ 4 ਹੋਰ ਲੋਕਾਂ ਨੂੰ ਜ਼ਖਮੀ ਕਰ ਦਿੱਤਾ ਪੁਲਿਸ ਦੇ ਨਾਲ ਸ਼ਹਿਰ ਦੇ ਉੱਤਰੀ ਹਿੱਸੇ 'ਚ ਇੱਕ ਪਾਰਕਿੰਗ ਵਾਲੀ ਥਾਂ ਤੇ ਮਠਪੇੜ 'ਚ ਵਿਅਕਤੀ ਮਾਰਿਆ ਗਿਆ ਜਾਂਚ ਕਰਤਾ ਹੱਤਿਆ ਦੇ ਪਿੱਛੇ ਰਾਦੇ ਦਾ ਪਤਾ ਲਾਉਣ ਦੀ ਕੋਸ਼ਿਸ਼ ਕਰ ਰਹੇ ਹਨ ਸ਼ਿਕਾਗੋ ਦੇ ਪੁਲਿਸ ਸੁਪਰਡੈਂਟ ਡੇਵਿਡ ਬ੍ਰਾਊਨ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਗੋਲੀਬਾਰੀ ਸ਼ਨੀਵਾਰ ਦੁਪਹਿਰ ਸ਼ੁਰੂ ਹੋਈ ਟਰੰਪ ਦਾ ਅਪਰਾਧ ਮਹਾਦੋਸ਼ ਚਲਾਉਂਜੋਗ ਰਿਪਬਲਿਕਨ ਲੇਤਾ ਅਮਰੀਕਾ ਦੇ ਅਹੁਦਾ ਛੱਡਣ ਵਾਲੇ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਮਹਾਦੋਸ਼ ਚਲਾ ਕੇ ਹਟਾਉਣ ਦੀ ਡੈਮੋਕ੍ਰੈਟਿਕ ਪਾਰਟੀ ਦੀ ਮਿਹਨ ਨੂੰ ਉਸ ਵੇਲੇ ਜ਼ੋਰ ਮਿਲਿਆ ਜਦ ਰਿਪਬਲਿਕਨ ਪਾਰਟੀ ਦੇ ਇੱਕ ਨੇਤਾ ਨੇ ਕਿਹਾ ਕਿ ਰਾਸ਼ਟਰਪਤੀ ਨੇ ਮਹਾਦੋਸ਼ ਚਲਾਉਂਜੋਗ ਅਪਰਾਧ ਕੀਤਾ ਹੈ ਸੈਨੇਟਰ ਪੈਟ ਟੂਮੀ ਨੇ ਟਿੱਪਣੀ ਕੈਪੀਟਲ ਹਿੱਲ ਕੰਪਲੈਕਸ ਤੇ ਟਰੰਪ ਦੇ ਹਮਾਇਤਿਆਂ ਦੇ ਹਮਲੇ ਨੂੰ ਲੈ ਕੇ ਕੀਤੀ ਉਹਨਾਂ ਨੇ ਕਿਹਾ ਕਿ ਮੇਰਾ ਮੰਨਣਾ ਹੈ ਕਿ ਟਰੰਪ ਨੇ ਮਹਾਦੋਸ਼ ਚਲਾਉਂਜੋਗ ਅਪਰਾਧ ਕੀਤਾ ਹੈ ਕਰੇ ਲੂ ਸਿਆਸਤ ਬੁਰੀ ਤਰ੍ਹਾਂ ਵਸੇ ਨੇਪਾਲ ਦੇ ਪ੍ਰਧਾਨ ਮੰਤਰੀ ਕੇ ਪੀ ਸ਼ਰਮਾ ਓਲੀ ਨੇ ਆਪਣੇ ਦੇਸ਼ ਦੇ ਲੋਕਾਂ ਦਾ ਧਿਆਨ ਪਟਕਾਉਣ ਲਈ ਫਿਰ ਭਾਰਤ ਦੇ ਖੇਤਰਾਂ ਨੂੰ ਆਪਣਾ ਦੱਸਿਆ ਹੈ ਓਲੀ ਨੇ ਕਿਹਾ ਕਿ ਉਹ ਭਾਰਤ ਤੋਂ ਕਾਲਾ ਪਾਣੀ ਲਿਪਿਆਂਦੁਰਾ ਤੇ ਲਿਪੂਲੇ ਖੇਤਰ ਵਾਪਸ ਲੈ ਕੇ ਰਹਿਣਗੇ ਉਹਨਾਂ ਦਾ ਬਿਆਨ ਇਸ ਲਈ ਵੀ ਅਹਿਮ ਹੈ ਕਿ ਸਰਹੱਦ ਵਿਵਾਦ ਬਾਰੇ ਦੋਵਾਂ ਦੇਸ਼ਾਂ ਵਿਚਕਾਰ ਵਿਦੇਸ਼ ਮੰਤਰੀ ਪੱਧਰ ਦੀ ਗੱਲਬਾਤ ਹੋਣ ਵਾਲੀ ਹੈ ਚੀਨ ਦੇ ਚੁੰਗਲ ਚ ਫਸੇ ਨੇਪਾਲੀ ਪ੍ਰਧਾਨ ਮੰਤਰੀ ਨੇ ਭਾਰਤ ਨੂੰ اکਸਾਉਣ ਦੀ ਇਹ ਕੋਸ਼ਿਸ਼ ਨੈਸ਼ਨਲ ਅਸੈਂਬਲੀ ਚ ਆਪਣੇ ਸੰਬੋਧਨ ਚ ਕੀਤੀ ਔਲੀ ਨੇ ਕਿਹਾ ਕਿ ਸਰਹੱਦ ਵਿਵਾਦ ਤੇ ਗੱਲਬਾਤ ਕਰਨ ਲਈ ਭਾਰਤ ਜਾ ਰਹੇ ਵਿਦੇਸ਼ ਮੰਤਰੀ ਪ੍ਰਦੀਪ ਗਿਆਵੜੀ ਦੇ ਅਜੰਡੇ ਚ ਇਨਾ ਤਿੰਨਾ ਖੇਤਰਾਂ ਨੂੰ ਵਾਪਸ ਲੈਣਾ ਪ੍ਰਮੁੱਖ ਹੈ ਆਪ ਦੇ ਸੀਨੀਅਰ ਆਗੂ ਤੇ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਨੇ ਕੈਪਟਨ ਅਮਰਿੰਦਰ ਸਿੰਘ ਵੱਲੋਂ ਪਾਰਟੀ ਪ੍ਰਧਾਨ ਤੇ ਸੰਸਦ ਮੈਂਬਰ ਭਗਵੰਤ ਮਾਨ ਸੰਬੰਧੀ ਕੀਤੀ ਗਈ ਬਿਆਨਬਾਜ਼ੀ ਤੇ ਤਿੱਖਾ ਪਲਟਵਾਰ ਕੀਤਾ ਹੈ ਉਨਾ ਕਿਹਾ ਕਿ ਕੈਪਟਨ ਨੂੰ ਇਸ ਗੱਲ ਦਾ ਦੁੱਖ ਹੈ ਕਿ ਭਵੰਤਮਾਨ ਨੇ ਸੰਸਦ ਭਵਨ ਵਿੱਚ ਉਹਨਾਂ ਦੇ ਬਾਸ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸਾਹਮਣੇ ਕਿਸਾਨਾਂ ਦੇ ਹੱਕ ਵਿੱਚ ਕਾਲੇ ਕਾਨੂੰਨਾਂ ਵਿਰੁੱਧ ਨਾਅਰੇਬਾਜ਼ੀ ਕੀਤੀ। ਕੈਪਟਨ ਅਮਰਿੰਦਰ ਸਿੰਘ ਦਾ ਮੰਨਣਾ ਹੈ ਕਿ ਜਦੋਂ ਕਾਂਗਰਸ ਦੇ ਐਮਪੀ ਇਸ ਗੱਲ ਤੇ ਚੁੱਪੀ ਧਾਰ ਸਕਦੇ ਹਨ ਤਾਂ ਭਵੰਤਮਾਨ ਨੂੰ ਨਰਿੰਦਰ ਮੋਦੀ ਖਿਲਾਫ ਨਾਅਰੇਬਾਜ਼ੀ ਕਰਨ ਦੀ ਕੀ ਜ਼ਰੂਰਤ ਸੀ। ਚੀਮਾ ਨੇ ਕਿਹਾ ਕਿ ਬੜੀ ਹੈਰਾਨੀ ਵਾਲੀ ਗੱਲ ਹੈ ਕਿ ਪਾਰਟੀ ਪ੍ਰਧਾਨ ਭਵੰਤਮਾਨ ਤਾਂ ਕੇਂਦਰ ਦੀ ਮੋਦੀ ਸਰਕਾਰ ਖਿਲਾਫ ਕਿਸਾਨਾਂ ਦੇ ਹੱਕ ਵਿੱਚ ਆਵਾਜ਼ ਬੰਦ ਕਰਦੇ ਹਨ ਪਰ ਸੇਖ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਭਾਜਪਾ ਦੇ ਸੁਭਾਈ ਪ੍ਰਧਾਨ ਅਸ਼wini ਕੁਮਾਰ ਸ਼ਰਮਾ ਦੀ ਅਗਵਾਈ ਵਿੱਚ ਐਤਵਾਰ ਪੰਜਾਬ ਸਰਕਾਰ ਵਿਰੁੱਧ ਕੰਪਨੀ ਬਾਗ ਚੌਂਕ ਵਿੱਚ ਪ੍ਰਦਰਸ਼ਨ ਦੌਰਾਨ ਕਾਫੀ ਹੰਗਾਮਾ ਹੋ ਗਿਆ। ਜਦੋਂ ਕਿਸਾਨ ਅਤੇ ਬੰਦਿਆਂ ਦੇ ਕਾਰਕੁਨ ਬੈਰੀਕੇਡ ਤੋੜ ਕੇ ਭਾਜਪਾ ਦੀ ਸਟੇਜ ਕੋਲ ਪਹੁੰਚ ਗਏ। ਪੁਲਿਸ ਨੇ ਕਿਸਾਨਾਂ ਨੂੰ ਰੋਕਣ ਲਈ ਦੰਗਾ ਰੁਕੂ ਗੱਡੀਆਂ, ਜੀਸੀਬੀ ਮਸ਼ੀਨਾਂ, ਰੇਤਾ ਵਰਜੀ ਦੇ ਭਰੇ ਟਿਪਰ ਸੜਕਾਂ ਦੇ ਵਿਚਕਾਰ ਖੜੇ ਕੀਤੇ ਹੋਏ ਸਨ। ਕਿਸਾਨ ਜਥੇ ਬੰਦਕਾਂ ਨੇ ਭਾਜਪਾ ਦੇ ਸਮਾਗਮ ਦਾ ਵਿਰੋਧ ਕਰਨ ਦਾ ਸੱਦਾ ਦਿੱਤਾ ਹੋਇਆ ਸੀ ਪੁਲਿਸ ਦੇ 1400 ਤੋਂ ਵੱਧ ਜਵਾਨ ਤਾਇਨਾਤ ਸਨ ਜਿਉਂ ਹੀ ਕਿਸਾਨ ਇੱਕ ਥਾਂ ਤੋਂ ਬੈਰੀਕੇਡ ਟੱਪ ਕੇ ਸਮਾਗਮ ਵਾਲੀ ਥਾਂ ਦੇ ਨੇੜੇ ਪੁੱਜੇ ਤਾਂ ਪੁਲਿਸ ਨੂੰ ਹੱਥ-ਪੈਰਾਂ ਦੀ ਪੈ ਗਈ ਕਿਸਾਨ ਮੰਗ ਕਰ ਰਹੇ ਸਨ ਕਿ ਭਾਜਪਾ ਦਾ ਸਮਾਗਮ ਬੰਦ ਕਰਵਾਇਆ ਜਾਵੇ ਕਾਲੇ ਖੇਤੀ ਕਾਨੂੰਨਾਂ ਦੇ ਹੱਕ ਵਿੱਚ ਐਤਵਾਰ ਕਿਸਾਨ ਮਹਾਪੰਚਾਇਤ ਕਰਨ ਦੀ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਦੀ ਯੋਜਨਾ ਠੁੱਸ ਹੋ ਗਈ ਜਦੋਂ ਰੋਹ ਨਾਲ ਭਰੇ ਕਿਸਾਨਾਂ ਨੇ ਸਟੇਜ ਹੀ ਭੰਨ ਦਿੱਤੀ ਖੱਟਰ ਨੇ ਮਹਾਪੰਚਾਇਤ ਵਿੱਚ ਖੇਤੀ ਕਾਨੂੰਨਾਂ ਨਾਲ ਕਿਸਾਨਾਂ ਨੂੰ ਹੋਣ ਵਾਲੇ ਫਾਇਦੇ ਗਿਣਾਉਣੇ ਸਨ ਪਰ ਉਹ ਉੱਥੇ ਪੁੱਜ ਹੀ ਨਹੀਂ ਸਕੇ ਕਰਨਾਲ ਦੇ ਪਿੰਡ ਕੈਮਲਾ ਵਿੱਚ ਖੇਤੀ ਕਾਨੂੰਨ ਵਿਰੋਧੀ ਕਿਸਾਨਾਂ ਨੂੰ ਪੁੱਜਣ ਤੋਂ ਰੋਕਣ ਲਈ ਪੁਲਿਸ ਨੇ ਲਾਠੀ ਚਾਰਜ ਕੀਤਾ ਹੰਝੂ ਗੈਸ ਤੇ ਗੋਲੇ ਦਾਗੇ ਤੇ ਪਾਣੀ ਦੀਆਂ ਪਛਾੜਾਂ ਮਾਰੀਆਂ ਪਰ ਉਹਨਾਂ ਨੂੰ ਖੱਟਰ ਦੇ ਹੈਲੀਕਾਪਟਰ ਨੂੰ ਉਤਾਰਨ ਲਈ ਬਣਾਏ ਹੈਲੀਪੋਰਟ ਤੱਕ ਪੁੱਜਣ ਤੋਂ ਰੋਕ ਨਹੀਂ ਸਕੇ ਮਹਾਪੰਚਾਇਤ ਦੀ ਰਾਖੀ ਲਈ ਕਰੀਬ 1.5 ਹਜ਼ਾਰ ਪੁਲਿਸ ਵਾਲੇ ਸੱਤ ਨੱਕਾਂ ਦੇ ਤੈਨਾਤ ਕੀਤੇ ਗਏ ਸਨ ਤਾ ਦੋਸਤੋ ਇਸ ਹਣ ਪਿਛਲੇ ਦਿਨ ਭਰ ਦੀਆਂ ਕੁਝ-ਕੁਝ ਵਟੀਆਂ ਖਬਰਾਂ ਹਰ ਰੋਜ਼ ਤੁਹਾਡੇ ਲਈ ਖਬਰਾਂ ਦਾ ਵਿਸ਼ੇਸ਼ ਬੁਲਟਨ ਲੈ ਕੇ ਹਾਜ਼ਰ ਹੁੰਦੇ ਰਵਾਂਗੇ ਤੁਸੀਂ ਜੁੜੇ ਰਹੋ ਸਾਡੇ ਚੈਨਲ ਨਾਲ ਤਦ ਤੱਕ ਲਈ ਸਤਿ ਸ਼੍ਰੀ ਅਕਾਲ